ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਸਾਰਿਆਂ ਨੂੰ ਇੱਕ ਬੰਦਾ ਮਿਲਾਉਂਦੇ ਹਾਂ ਜੀ, ਅਤੇ ਕਾਫੀ ਦੂਰ ਤੋਂ ਆਇਆ ਇੰਡੀਆ ਤੋਂ, ਪਰ ਇੰਡੀਆ ਤੋਂ ਆਇਆ ਮਤਲਬ ਫਲਾਈਟ 'ਤੇ ਨਹੀਂ, ਸਾਈਕਲ 'ਤੇ ਮੈਂ ਮਿਲਾਉਣਾ ਤੁਹਾਨੂੰ। ਉਨ੍ਹਾਂ ਦਾ ਨਾਮ ਹੈ ਸੋਮੇਨ, ਸੋਮੇਨ ਦੇਵਨਾਥ, ਸੋਮੇਨ ਦੇਵਨਾਥ। ਔਰ ਕਿਤਨੀ ਕੰਟਰੀਜ਼ ਆਪ ਬੋਲੇ ਥੇ? ਮੈਂ ਯੂ ਐੱਸ ਏ, ਮੇਰਾ 150 ਕੰਟਰੀ ਕਾ ਸਫ਼ਰ ਹੈ ਔਰ ਯੂ ਐੱਸ ਏ ਤੱਕ, ਤੋ ਮੈਂ ਇਸ ਤਰ੍ਹਾਂ ਆਏ ਇੰਡੀਆ ਸੇ। ਠੀਕ ਹੈ, ਤੋ ਅਭੀ 2020 ਮੈਂ ਆਪਕਾ ਪੂਰਾ ਹੋਗਾ? ਹਾਂ, ਮੈਂ ਯਹਾਂ ਅਭੀ ਯੂ ਐੱਸ ਏ ਸੇ ਕੈਨੇਡਾ, ਅਲਾਸਕਾ, ਰਸ਼ੀਆ, ਸਾਈਬੀਰੀਆ, ਮੰਗੋਲੀਆ, ਚਾਈਨਾ, ਉਸਕੇ ਬਾਅਦ ਜਾਪਾਨ, ਫਿਲੀਪੀਨਸ, ਨਿਊਜ਼ੀਲੈਂਡ, ਆਸਟ੍ਰੇਲੀਆ। ਅੱਛਾ। ਔਰ ਸੁਮਾਤਰਾ, ਮਲੇਸ਼ੀਆ, ਇੰਡੋਨੇਸ਼ੀਆ, ਮਿਆਂਮਾਰ, ਬੰਗਲਾਦੇਸ਼, ਇੰਡੀਆ, ਤੋ ਔਰ ਵੀ 41 ਕੰਟਰੀ ਬਾਕੀ ਹੈ। ਤੋ ਇਹ 191 ਕੰਟਰੀ ਕਾ ਸਫ਼ਰ 2004 ਸੇ 2020। ਹਾਂ, 2004 ਸੇ ਨਿਕਲੇ ਹੋਗਾ? ਹਾਂ, 14 ਸਾਲ ਹੋ ਗਏ। ਹਾਂਜੀ, ਤੋ ਠੀਕ ਹੈ, ਇਹ 16 ਸਾਲ ਕਾ ਸਫ਼ਰ ਹੈ ਔਰ ਇਹ 16 ਸਾਲ ਮੈਂ 150 ਕੰਟਰੀ ਕਾ 191 ਕੰਟਰੀ ਕਾ ਸਫ਼ਰ ਕਰੇਂਗੇ ਔਰ ਇਹ ਉਮੀਦ ਹੈ ਜੋ 2020 ਮੈਂ ਇੰਡੀਆ ਵਾਪਸ ਆਏ। ਇਹ ਹਮਾਰੀ ਬੈਸਟ ਵਿਸ਼ਿਜ਼ ਹੈ, ਸ਼ੁਭਕਾਮਨਾ ਆਪਕੋ, ਬਹੁਤ ਬਹੁਤ ਧੰਨਵਾਦ ਆਪ ਸਭੀ ਕੋ ਔਰ ਇਤਨਾ ਪਿਆਰ ਦੇਣੇ ਕੇ ਲੀਏ, ਸਪੈਸ਼ਲੀ ਖਾਸ ਕਰਕੇ ਦੀਦੀ ਨੇ ਬਹੁਤ ਅੱਛਾ ਖਾਣਾ ਖਿਲਾਇਆ, ਭਈਆ ਕਾ ਬਹੁਤ ਪਿਆਰ ਮਿਲਾ। ਇਹੀ ਤਾਂ ਹੈ ਨਾ, ਹਮਾਰਾ ਪਰੰਪਰਾ ਇਹੀ ਕਾਇਦਾ ਕਹਿਤਾ ਹੈ ਆਪਕੇ ਲੀਏ, ਤੋ ਇਹ ਪੂਰਾ ਵਰਲਡ ਹੀ ਆਪਕਾ ਘਰ ਹੈ। ਇਹ ਜਹਾਂ ਪੇ ਮੈਂ ਮੇਰੇ ਟੈਂਟ ਲਗਾਤਾ ਹੂੰ, ਤੋ ਮੈਂ ਇਸ ਸੋਚਤਾ ਹੂੰ, ਉਹ ਮੇਰੇ ਘਰ ਹੈ, ਮੇਰੇ ਦੇਸ਼ ਔਰ ਮੇਰੇ ਵਿਸ਼ਵ। ਇਸੀ ਇੱਕ ਸੋਚ ਐਂਡ ਸਦਭਾਵਨਾ ਸੇ, ਜੈਸਾ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਨੇ ਬਣਾਇਆ ਥਾ, ਤੋ ਮੁਝੇ ਵੀ ਇੱਕ ਸੋਚ ਹੈ ਜੋ 2020 ਮੈਂ ਇੰਡੀਆ ਮੈਂ ਵਾਪਸ ਜਾਊਂ ਔਰ ਵਹਾਂ ਪੇ ਇੱਕ ਛੋਟਾ ਸਾ ਗਲੋਬਲ ਵਿਲੇਜ ਬਣਾਊਂ, ਜਹਾਂ ਪੇ ਪੂਰਾ ਵਿਸ਼ਵ ਮੇਂ ਲੋਕ ਆਏ ਔਰ ਇਹ ਵਿਸ਼ਵ ਸੰਸਾਰ ਇੱਕ ਪਰਿਵਾਰ, ਐਸਾ ਸੋਚੇ ਵਸੁਧੈਵ ਕੁਟੁੰਬਕਮ, ਦ ਵਰਲਡ ਇਜ਼ ਵਨ ਹੋਮ। ਇਹ ਪਹਿਲੇ ਵੇਦਾ ਮੇਂ ਵੀ ਬਤਾਇਆ ਗਿਆ, ਤੋ ਇੱਕ ਪਰਿਵਾਰ ਔਰ ਐਸਾ ਸਦਭਾਵਨਾ ਸੇ ਪੂਰਾ ਵਿਸ਼ਵ ਇੱਕ ਸਾਥ ਰਹਿਣਾ ਚਾਹੀਦਾ। ਬਹੁਤ ਅੱਛੀ ਸੋਚ ਹੈ। ਇਹ ਸਾਡੇ ਕੋਲ ਰਾਤ ਆਏ ਸੀ ਗੁਰਦੁਆਰਾ ਸਾਹਿਬ, ਅਤੇ ਸਾਡੇ ਕੋਲ ਰਾਤ ਰਹੇ ਆ, ਅਤੇ ਅੱਗੇ ਵੀ ਕੋਈ ਪ੍ਰੋਗਰਾਮ ਬਣਿਆ ਅਤੇ ਅਸੀਂ ਫਿਰ ਤੁਹਾਨੂੰ ਮਿਲਾਵਾਂਗੇ। ਹਾਲੇ ਇੱਕ ਛੋਟਾ ਜਿਹਾ ਵੀਡੀਓ ਬਣਾਇਆ ਅਤੇ ਸਾਡੀ ਯਾਦ ਇਹਨਾਂ ਨਾਲ ਅਸੀਂ ਇਕੱਠੇ ਰਹੇ ਹਾਂ, ਇਹ ਇੱਕ ਯਾਦ ਦੇ ਤੌਰ 'ਤੇ ਬਣਾਇਆ। ਬਾਕੀ ਵੀਡੀਓ ਵੱਡਾ ਬਣਾਵਾਂਗੇ, ਪਰ ਜੇ ਟਾਈਮ ਲੱਗਿਆ ਤਾਂ, ਹਾਲੇ ਕਿਉਂਕਿ ਇਹਨਾਂ ਨੇ ਅੰਬੈਸੀ ਜਾਣਾ, ਉੱਥੋਂ ਕੈਨੇਡਾ ਦਾ ਵੀਜ਼ਾ ਲੈਣਾ, ਅਤੇ ਥੋੜ੍ਹਾ ਟਾਈਮ ਲੱਗੇਗਾ। ਸਤਿ ਸ਼੍ਰੀ ਅਕਾਲ ਔਰ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।